بسم اللہ الرحمن الرحیم السلام علیکم امید ਕਰਨਾ ਮੈਂ ਤੁਹਾਨੂੰ ਵੇਖਣ आले ਖਰੀਦ ਨਾਲ ਆਵਣਗੇ ਅੱਜ ਇੱਕ ਨਵੇਂ ਵਲੋਗ ਦੇ ਨਾਲ ਤੁਹਾਡੀ خدمت ਇਚਾਰ ਹੋਇਆ ਅੱਜ ਅਸੀਂ ਸਪਰੇਅ ਕਰ ਲੰਗੇ ਜਨਾਬ ਸਪਰੇ ਸਾਡੇ ਲੂਸਨ ਨੂੰ ਜਿਹੜਾ ਨਾ ਲੱਗ ਗਿਆ ਕੀੜਾ ਕੀੜਾ ਖਾਂਦਾ ਇਹਨੂੰ ਇਹ ਵੇਖਿਆ ਜੀ ਇਹ ਸਰਾਖ ਹੋਏ ਨੇ ਤੇ ਅੱਜ ਸਪਰੇਅ ਕਰਨੀ ਹੈ ਜਿਹੜੀ ਬੋਤਲੇ ਠੀਕ ਹੈ ਐ ਸਪਰੇਅ ਕਰਨੀ ਹੈ ਤੇ 20 ਲੀਟਰ ਦੀ ਟੈਂਕੀ ਹੈ ਤੇ ਟੈਂਕੀ ਜਿਹੜੀ ਹੈ ਉਹ ਬਾਈਜਾਂ ਜਨਾ ਸਪਰੇਅ ਕਰਨੀ ਹੈ ਉਹ ਲੈ ਕੇ ਪਹੁੰਚ ਗਏ ਨੇ ਨਾਲ ਕੇ ਥੱਲੇ ਉਹ ਭਰਨੀ ਹੈ ਜਿੱਦੂ ਉਹ ਭਰ ਜਾਣੀ ਹੈ ਤੇ ਜਿਹੜਾ ਨਾ ਅੱਧੀ ਹੋਈ ਕਿ ਜਿੱਦੂ ਉਹਦੇ ਅੰਦਰ ਪਾ ਛੜਨਾ ਹੈ ਐਦਾ ਜਿਹੜਾ ਟੱਕਣੇਕ ਉਹ ਮੈਂ ਭਾਈ ਕੋ ਬੋਚ ਕੇ ਦੱਸਾਂਗਾ ਕਿ ਨੇ ਸਹੀ ਸਹੀ ਪਾਣੀ ਹੈ ਕਿਉਂਕਿ ਉਹ ਪਾਣ ਕਰਦੇ ਰਹਿੰਦੇ ਨੇ ਸਪਰੇ ਮੈਨੂੰ ਤਾਂ ਸਹੀ ਪਤਾ ਨਹੀਂ ਤੇ ਇਹ ਲੂਸਨ ਸਾਡਾ ਜਿਹੜਾ ਖਾਦਾ ਗਿਆ ਹੈ ਇਹ ਜਿੱਦੂ ਇੱਕ ਕਰੀ ਹੋ ਗਈ ਫਿਰ ਲੂਸਨ ਜਿਹੜਾ ਨਾ ਬਿਲਕੁਲ ਠੀਕ ਹੋ ਜਾਏਗਾ ਬਾਕੀ ਜਿੱਦੂ ਕਰਾਂਗੇ ਉਦੋਂ ਤੁਹਾਨੂੰ ਦੱਸਾਂਗੇ ਇਹ ਮਸ਼ੀਨ ਜਿਹੜੀ ਹੈ ਨਾ ਟੈਂਕੀ ਉੱਪਰ ਲੰਗੇ ਹੈਲੋ ਅੱਛਾ ਸਪਰੇਅ ਕਰਨ ਤੋਂ ਬਾਅਦ ਜਿਹੜਾ ਨਾ 3-4 ਦਿਨਾਂ ਬਾਅਦ ਪੱਠੇ ਵੜਨੇ ਨੇ ਤੇ ਜਿਹੜਾ ਕੀੜਾ ਵੇ ਉਹ ਕਮਜ਼ ਕਮ ਜਿਹੜਾ ਕਹਿੰਦੇ ਨੇ 3 ਤੋਂ 4 ਹਫ਼ਤੇ ਬਾਅਦ ਜੇ ਦੁਬਾਰਾ ਫਸਲ ਦੇ ਉੱਤੇ ਦੁਬਾਰਾ ਯਾਨੀ ਕਿ ਬਲੂਸਨ ਦੇ ਉੱਤੇ ਆਏ ਤੇ ਆਏਗਾ ਨਹੀਂ ਤੇ ਨਹੀਂ ਆਏਗਾ ਆ ਅੱਛਾ ਪਾ ਚ ਗਿਆ ਤਾਂ ਹਾਂ ਵੈਸੇ ਇਹ ਦਵਾਈ ਜਿਹੜੀ ਕਰਨੀ ਹੈ ਨਾ ਤੇ ਕੀੜਾ ਸਾਰਾ ਮਰ ਜਾਏਗਾ ਤੇ ਜੇ ਬਚ ਗਿਆ ਤੇ ਫਿਰ ਤਿੰਨ ਤੂੰ ਚਾਰ ਹਫ਼ਤੇ ਬਾਅਦ ਨਜ਼ਰ ਆਏਗਾ ਹੁਣ ਕਿੰਨੀ 70 ਸੀਸੀ ਪਾਣੀ ਹੈ 70 ਅੱਛਾ ਉਹ ਕਿਦ ਨਾਲ ਉਹ ਦਿਨ ਨਾਪਣੀ ਜੀ ਆ ਪਿਆ ਟੱਕਣ ਅੱਛਾ ਅੱਛਾ ਇੱਕ ਟੈਂਕੀ ਇੱਕ ਵਿੱਗੇ ਵਾਸਤੇ ਦੋ ਕਨਾਲ ਵਾਸਤੇ ਇੱਗੇ ਤੇ ਦੋ ਤਿੰਨ ਹੂੰ ਇੱਕ ਵੀਗਾ ਹੁੰਦਾ ਹੈ ਚਾਰ ਕਨਾਲਾਂ ਦਾ ਤੇ ਇਹ ਦੋ ਟੈਂਕੀਆਂ ਲੱਗਣਗੀਆਂ ਯਾਨੀ ਕਿ ਇੱਕ ਵੀਗੇਜ ਇਹ ਹੁਣ ਦਵਾਈ ਪਾ ਲਈਏ ਇਹ ਦਵਾਈ ਹੁਣ ਜਿਹੜੀ ਹੈ ਨਾ ਉਹ ਤੋਂ مزید ਪਾਣੀ ਪਾ ਕੇ ਮਿਕਸ ਕਰ ਲਾਂਗੇ ਨੇ ਆ ਵੇਖੋ ਡੱਬੀ ਜਿਹੜੀ ਨਾ ਇਹਦੇ ਉੱਤੇ ਲਿਖਿਆ ਹੈ ਕਿੰਨੇ 70 50 30 10 ਤੁਸੀਂ 70 ਪਾਇਆ ਹੈ 100 ml ਦੀ ਡੱਬੀ ਆ 100 ml ਦੀ ਡੱਬੀ ਹੈ ਤੇ 70 ml ਪਾਇਆ ਹੈ ਤੇ ਹੁਣ ਐ ਸਪਰੇ ਹੋ ਲੰਗਾ ਹੁਣ ਅਸੀਂ ਤੁਹਾਨੂੰ ਦੱਸਨੇ ਆ ਕਿ ਕੰਝੁੰਦਾ ਲੋ ਜੀ ਅਸੀਂ ਲੂਸਨ ਨੂੰ ਜਿਹੜਾ ਨਾ ਕਰ ਲੰਗਿਆ ਸਪਰੇ ਉਹ ਬਾਬਾ ਜੀ ਕਰ ਲੰਗ ਪਏ ਨੇ ਠੀਕ ਹੈ ਇਹਦੇ ਵਾਸਤੇ ਮੂੰਹ ਕਵਰ ਕਰਦੇ ਨੇ ਤੇ ਇਹ ਬਾਬੇ ਉਹਨਾਂ ਕੋਈ ਨਹੀਂ ਕੀਤਾ ਵੈਸੇ ਕਹਿੰਦੇ ਨੇ ਕਰੀਦਾ ਕਵਰ ਤੇ ਸਪਰੇ ਹੁਣ ਸ਼ੁਰੂ ਹੋ ਗਿਆ ਤੇ ਬੂਟੀ ਛੂਟੀ ਜੜੀ ਹੈ ਨਾ ਉਹ ਮਰ ਜਾਈਗੀ ਤੇ ਹੁਣ ਮੈਂ ਆਪਣੇ ਵੇਖਣ ਵਾਲਿਆਂ ਕੋਲੋਂ ਇਜਾਜ਼ਤ ਚਾਹਨਾ ਵਾ ਕਿਉਂਕਿ ਵੀਡੀਓ ਲੰਬੀ ਕਰਨੀ ਕੋਈ ਨਹੀਂ ਮੈਂ ਤੇ ਇਸਾਸਤੇ ਮੈਨੂੰ ਹੁਣ ਤੁਸੀਂ ਹੀ ਦੋਗੋ ਇਜਾਜ਼ਤ ਤੇ ਆਪਣਾ ਖਿਆਲ ਰੱਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਆਪਣੇ ਦੋਸਤਾਂ ਕੋਲੂ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਹੁਣ ਮੈਂ ਜਾਣਾ ਵਾਂ ਤੇ ਆਪਣਾ ਖਿਆਲ ਰੱਖਿਓ ਤੇ ਅੱਲਾਹ হাফেজ